ਵੈਸ਼ਨੋ ਦੇਵੀ ਜਗਰਾਤਾ ਕਰਕੇ ਆ ਰਹੀ ਗਾਇਕ ਦੀ ਟੀਮ ਨਾਲ ਹੋਇਆ ਵੱਡਾ ਹਾਦਸਾ। ਰਸਤੇ 'ਚ ਲੱਕੜਾਂ ਦੇ ਨਾਲ ਭਰੀ ਟਰਾਲੀ ਨੇ ਮਾਰੀ ਟੱਕਰ। ਹਾਦਸੇ 'ਚ ਦੋ ਵਿਅਕਤੀਆਂ ਦੀ ਹੋਈ ਦਰਦਨਾਕ ਮੌਤ। ਦਰਦਨਾਕ ਹਾਦਸਾ ਹੋਇਆ ਜਿੱਥੇ ਇੱਕ ਗਾਇਕ ਦੀ ਟੀਮ ਮਾਤਾ ਵੈਸ਼ਨੋ ਦੇਵੀ ਜਗਰਾਤਾ ਕਰਕੇ ਵਾਪਸ ਆ ਰਹੀ ਸੀ ਤਾਂ ਉਹਨਾਂ ਦੀ ਟਰੈਵਲਰ ਗੱਡੀ ਦਾ ਹਾਦਸਾ ਹੋ ਗਿਆ ਜਿੱਥੇ ਲੱਕੜਾਂ ਦੇ ਨਾਲ ਭਰੀ ਟਰਾਲੀ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ। ਤਾਂ ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਦੇ ਵਿੱਚ ਇਹ ਟਰੈਵਲਰ ਬਿਲਕੁਲ ਖਤਮ ਹੋ ਜਾਂਦੀ ਹੈ ਤਾਂ ਅੰਦਰ ਸਵਾਰ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਗਾਇਕ ਦਾ ਨਾਮ ਭੁਪਿੰਦਰ ਬੱਬਲ ਦੱਸਿਆ ਜਾ ਰਿਹਾ ਜੋ ਕਿ ਮਾਤਾ ਵੈਸ਼ਨੋ ਦੇਵੀ ਦੇ ਵਿੱਚ ਜਗਰਾਤਾ ਕਰਕੇ ਆਪਣੀ ਟੀਮ ਦੇ ਨਾਲ ਵਾਪਸ ਆ ਰਿਹਾ ਸੀ ਤਾਂ ਉਸ ਮੁਤਾਬਿਕ ਇਸ ਟਰੈਵਲਰ ਦੇ ਵਿੱਚ 12 ਲੋਕ ਸਵਾਰ ਸੀ ਤਾਂ ਇਸੇ ਦੌਰਾਨ ਲੱਕੜਾਂ ਦੇ ਨਾਲ ਲੱਦੀ ਇੱਕ ਟਰਾਲੀ ਦੇ ਨਾਲ ਇਸ ਟਰੈਵਲਰ ਦਾ ਵੱਡਾ ਹਾਦਸਾ ਹੋ ਗਿਆ। ਦੱਸਿਆ ਜਾ ਰਿਹਾ ਕਿ ਜਿਸ ਵਕਤ ਇਹ ਹਾਦਸਾ ਹੋਇਆ ਉਸ ਸਮੇਂ ਗੱਡੀ ਦੇ ਵਿੱਚ 12 ਵਿਅਕਤੀ ਸਵਾਰ ਸੀ ਅਤੇ ਗੱਡੀ ਜੰਮੂ ਵਾਲੀ ਸਾਈਡ ਤੋਂ ਕਾਫੀ ਤੇਜ਼ੀ ਦੇ ਨਾਲ ਆ ਰਹੀ ਸੀ ਜਿਸ ਦੀ ਕਿ ਟਰੈਕਟਰ ਦੇ ਨਾਲ ਟੱਕਰ ਹੋ ਜਾਂਦੀ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਜ਼ਖਮੀਆਂ ਦਾ ਹੁਸ਼ਿਆਰਪੁਰ ਦੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਜਾਣਕਾਰੀ ਦਿੰਦਿਆਂ ਟਰੈਕਟਰ ਟਰਾਲੀ ਦੇ ਚਾਲਕ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਟਰੈਵਲਰ ਓਵਰਟੇਕ ਕਰਦੀ ਹੋਈ ਗਲਤ ਸਾਈਡ ਤੋਂ ਆ ਗਈ ਜਿਸ ਕਰਕੇ ਵੱਡਾ ਹਾਦਸਾ ਹੋਇਆ। ਨੌਜਵਾਨ ਨੇ ਦੱਸਿਆ ਕਿ ਉਸ ਵੱਲੋਂ ਬਾਕੀਆਂ ਦੀ ਮਦਦ ਨਾਲ ਉਹਨਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ ਗਿਆ ਅਤੇ ਫਿਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਂਜੀ ਭਾਅ ਜੀ, ਕੀ ਨਾਮ ਹੈ ਆਪਣਾ? ਸੰਦੀਪ ਸਿੰਘ। ਕਿੱਥੇ ਦੇ ਰਹਿਣ ਵਾਲੇ ਤੁਸੀਂ? ਮੈਂ ਆਪਣੇ ਜ਼ਿਲ੍ਹਾ ਹੁਸ਼ਿਆਰਪੁਰ ਹੀ ਹਾਂ। ਅੱਛਾ, ਕੀ ਗੱਲ ਕੀ ਹੋਈ ਇਹ? ਗੱਲ ਭਾਅ ਜੀ ਇਹ ਹੋਈ ਆ, ਮੈਂ ਨਵੀ ਬੱਸੀ ਤੋਂ ਆ ਰਿਹਾ ਜੀ, ਸੈਂਚਰੀ ਨੂੰ ਆ ਰਿਹਾ ਜੀ। ਇਹ ਮੁਰਿਓਂ ਗੱਡੀ ਆ ਰਹੀ ਸੀ ਬਹੁਤ ਤੇਜ਼ ਨਾਲ। ਠੀਕ ਹੈ ਜੀ। ਗੱਡੀ ਸੀਗੀ ਇਹ? ਡਰਾਈਵਰ ਆ ਭਾਅ ਜੀ। ਠੀਕ ਹੈ ਜੀ। ਅਤੇ ਮੈਂ ਨਾ ਉੱਧਰ ਇਹਨੂੰ ਨਾ ਹੋਰਨ ਦੂਰੋਂ ਰੱਖ ਕੇ ਹੋਰਨ ਵੀ ਮਾਰਿਆ, ਡਿੱਪਰ ਵੀ ਮਾਰਿਆ, ਮੈਂ ਹੌਲੀ ਹੌਲੀ ਜਾਣੀ ਕਿ ਸਾਈਡ ਨੂੰ ਦੱਬਦਾ ਹੀ ਆਇਆ। ਇਹ ਆਣ ਕੇ ਨਾ ਜਿੱਦਾਂ ਵੱਜੀ ਗੱਡੀ ਆਣ ਕੇ ਅਤੇ ਬਾਅਦ 'ਚ ਜਾਣੀ ਕਿ ਦਸ ਹੋ ਗਿਆ। ਹਾਂਜੀ, ਐਕਸੀਡੈਂਟ। ਇਹ ਓਵਰਟੇਕ ਕਰ ਰਿਹਾ ਜੀ? ਇਹ ਓਵਰਟੇਕ ਕਰ ਰਿਹਾ ਜੀ, ਇਹ ਰੋਂਗ ਸਾਈਡ ਆ ਗਿਆ ਜੀ, ਯਾਨੀ ਕਿ ਕਾਫੀ ਰੋਂਗ ਸਾਈਡ ਆ ਗਿਆ। ਠੀਕ ਹੈ, ਤੇ ਕੀ ਹਾਲਾਤ ਕੀ ਆ ਉਹਨਾਂ ਦੇ? ਇਹਨਾਂ ਦੇ ਦੋ ਬੰਦੇ ਬੋਲੇ ਜਾਨੀ ਕਿ ਚਾਹੇ ਚੱਕਣ, ਮੈਂ ਪਿੱਛੋਂ ਜਾਨੀ ਕਿ ਕੱਢੇ ਆ ਜੀ, ਕੱਢ ਕੇ ਜਾਨੀ ਕਿ ਉਹਨਾਂ ਨੂੰ ਐਂਬੂਲੈਂਸ 'ਚ ਵੀ ਪਾਏ ਹੋਏ ਆ, ਮੇਰੇ ਵੀ ਤਕਰ ਖੂਨ ਨਾਲ ਕੱਪੜੇ ਭਿੱਜੇ ਹੋਏ ਆ। ਠੀਕ ਹੈ ਜੀ, ਅਤੇ ਹੁਣ ਹੋਸਪਿਟਲ ਦੇ ਵਿੱਚ ਆ ਉਹ? ਹਾਂਜੀ, ਹੋਸਪਿਟਲ ਦੇ ਵਿੱਚ। ਠੀਕ ਹੈ ਜੀ। ਕੀ ਨਾਮ ਹੈ ਆਪਣਾ? ਮੇਰਾ ਨਾਮ ਰਿੱਕੀ ਆ ਭਾਅ ਜੀ। ਅੱਛਾ, ਕਿੱਦਾਂ ਇਹ ਹਾਦਸਾ ਕਿੱਦਾਂ ਹੋਇਆ ਇਹ? ਇਹ ਭਾਅ ਜੀ ਓਵਰਟੇਕ ਕੀਤਾ ਟੈਂਪੂ ਡਰਾਈਵਰ। ਇਹ ਬੰਦਾ ਇੱਧਰੋਂ ਟਰੈਕਟਰ ਵਾਲਾ ਆ ਰਿਹਾ ਸੀਗਾ ਆਪਣੀ ਸਾਈਡ, ਓਵਰਟੇਕ ਕਰਦੇ ਨੇ ਵਿੱਚ ਮਾਰਿਆ ਡਰਾਈਵਰ ਨੇ। ਠੀਕ ਹੈ ਜੀ। ਹਾਂਜੀ, ਮੌਕੇ ਆਪਾਂ ਬੰਦੇ ਕੱਢੇ ਆ, ਹੋਸਪਿਟਲ ਪਹੁੰਚਾਏ ਆ, ਇਹਦੀ ਡਰਾਈਵਰ ਦੀ ਗਲਤੀ ਆ। ਠੀਕ ਹੈ। ਕੀ ਹੁਣ ਹੋਸਪਿਟਲ ਦੇ ਵਿੱਚ ਤੁਸੀਂ ਗਏ ਆ, ਉੱਥੇ ਕੀ ਹਾਲਾਤ ਆ ਉਹਨਾਂ ਦੇ? ਉਹ ਹੋਸਪਿਟਲ 'ਚ ਟੀਕੇ ਟੂਕੇ ਲਾਏ, ਉਹਨਾਂ ਦੇ ਕਹਿੰਦੇ ਕਲੋਟ ਜੰਮ ਗਏ, ਦੋ ਜਣਿਆਂ ਦੀ ਡੈਥ ਹੋ ਗਈ ਮੌਕੇ 'ਤੇ ਉੱਥੇ, ਇੱਥੇ ਠੀਕ ਸੀ ਜਦੋਂ ਕੱਢੇ, ਉਹ ਘੁੱਟਣ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਜੀ। ਕਿੱਥੋਂ ਆ ਰਹੇ ਸੀ ਇਹ? ਇਹ ਜੰਮੂ ਤੋਂ ਆ ਰਹੇ ਸੀ ਜੀ। ਅੱਛਾ ਜੀ। ਹਾਂਜੀ, ਵੈਸ਼ਨੋ ਦੇਵੀ ਤੋਂ ਆ ਰਹੇ ਸੀ। ਹਾਂਜੀ, ਜਾਗਰਨ ਕਰਕੇ ਆ ਰਹੇ ਸੀ ਜੀ। ਹੈ ਕੌਣ ਸੀ ਇਹ ਪੁੱਤ ਲਗਾ? ਇਹ ਜੀ ਇਹ ਪਾਰਟੀ ਆ ਕੋਈ ਗਾਉਣ ਵਜਾਉਣ ਵਾਲੀ, ਉੱਥੋਂ ਆ ਰਹੇ ਸੀ ਚੰਡੀਗੜ੍ਹ ਦੇ ਆ ਸਾਰੇ ਇਹ। ਹਾਂਜੀ, ਗਰੁੱਪ ਇਹਨਾਂ ਦਾ ਰਾਤ ਦਾ ਜਗਰਾਤਾ ਕਰਕੇ ਆ ਰਹੇ ਸੀਗੇ। ਹਾਂਜੀ, ਕੱਲ ਇਹ ਸਵੇਰੇ 3 ਵਜੇ ਕਹਿੰਦੇ ਆਪਾਂ ਤੁਰੇ ਸੀਗੇ ਤੇ ਰਾਤ ਆਪਾਂ 12 ਵਜੇ ਇਧਰ ਨੂੰ ਵਾਪਸੀ ਕੀਤੀ ਆ। ਹਾਂਜੀ।